السلام علیکم جی حکیم صاحب. وعلیکم السلام. بس الٹ گئی اور ڈرائیور نیچے آ گیا. یہ کی رولا بھائی جی اخبار پٹھا جی بس آپ میں بھی کہا یار ہر چیز سریلا پن ہونا چاہیے. حلوا کھا لینا ਖੱਟੀ ਚੀਜ਼ ਤੋਂ ਪਰਹੇਜ਼ ਕਰਦਾ. ਅੱਛਾ ਮੈਂ ਤੈਨੂੰ ਦਵਾਈ ਤਾਂ ਦੇ ਦਿੰਦਾ, ਤੇਰੇ ਮਰਜ਼ਾਂ ਕਾਫੀ ਸਾਰੀਆਂ ਇਕੱਠੀਆਂ ਹੋਈਆਂ. ਦਵਾਈ ਮੈਂ ਤੈਨੂੰ ਦੇ ਦਿੰਦਾ ਵਾ, ਦਵਾਈ ਮਹਿੰਗੀ ਵੀ ਨਹੀਂ ਹੈ. ਆ ਮੇਰਾ ਹੱਥ ਛੱਡਿਆ ਜੀ. ਉਹ ਮੈਂ ਨਵਾਂ ਚੈੱਕ ਆ ਦਾਦਾ ਨੇ ਬੰਦਾ ਇਹ ਕੰਮ ਨਾ ਕਰੋ. ਮੇਰਾ ਫੋਨ ਰੁਕ ਗਿਆ ਯਾਰ, ਆਵਾਜ਼ ਤੇ ਛੱਡ. ਉਹ ਯਾਰ ਇੱਕ ਮਿੰਟ ਸਬਰ ਕਰ, ਨਹੀਂ ਤੇ ਮੇਰਾ ਹੱਥ ਖੋਲਣ ਲੱਗਾ ਜੇ. ਯਾਰ ਹੁਣ ਇਹਦੇ ਉੱਤੇ ਮੈਂ ਰੁਪਈਆ ਰੱਖ ਦਿਆਂ, ਤੂੰ ਤੇ ਹੱਥ ਖੋਲਣ ਦਿਆਂ. ਦੱਸ ਉਹ ਮੇਰਾ ਹੱਥ ਛੱਡ, ਉਹ ਵੀ ਹਿਸਾਬ ਨਹੀਂ ਤੇ ਮੇਰਾ ਹੱਥ ਖੋਲਣ ਲੱਗਾ ਜੇ. ਆ ਲੈ ਚੈੱਕ ਹੋ ਗਈ ਨਾ ਬੰਦਾ. ਬਸ ਆ ਵੇਖੋ ਨਾ. ਫਟਕੜੀ ਉਹ ਪਾਣੀ ਦੇ ਵਿੱਚ ਭੇ ਕੇ ਬਾਰ ਬਾਰ ਹੱਥਾਂ ਤੇ ਲਾਉਣੀ ਆ, ਸਸਤਾ ਸੈਨੀਟਾਈਜ਼ਰ ਬਣ ਜਾਏਗਾ. ਠੀਕ ਆ. ਅੱਛਾ ਉਹ ਇਹ ਦੱਸ ਵੀ ਗਲਾ ਵੀ ਤੇਰਾ ਖਰਾਬ ਹੈ? ਗਲਾ ਖਰਾਬ ਹੈ ਜੀ. ਤੇ ਪੁੱਤ ਰਹਿਣ ਦੇ, ਤੂੰ ਕਿਹੜਾ ਕੋਈ ਗੱਲ ਲਾਉਣੀ ਆ? ਕੀ ਗੱਲ ਆ, ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਹੈ. ਨਹੀਂ ਜੀ, ਗੱਲ ਕਰਨ ਨੂੰ ਜ਼ਰਾ ਤੰਗੀ ਲੱਗਦੀ ਹੈ. ਯਾਰ ਤੂੰ ਗੱਲ ਜ਼ਰਾ ਆਸਤਾ ਤਰੀਕੇ ਨਾਲ ਕਰ ਲਾ. ਤੂੰ ਕਿਹੜਾ ਕੋਈ ਬਸੂਰੀ ਦੀ ਗੱਲ ਕਰਨੀ ਹੈ? ਬਸੂਰੀ ਗੱਲ ਕਰਨੀ, ਬਸੂਰੀ ਕਿਉਂ ਕਰਨੀ ਹੈ ਜੀ? ਖੈਰ ਅਸੀਂ ਵੀ ਸਵਰ ਸਮਝ ਨੂੰ ਸਮਝਦੇ ਹਾਂ ਜੀ. ਗੱਲ ਕਰਨ ਦਾ ਮਕਸਦ ਹੈ, ਜਦੋਂ ਹਕੀਮਾ ਕੋ ਆਈਦਾ ਨਾ, ਤੇ ਘਰੋਂ ਪੁੱਛ ਕੇ ਆਈਦਾ. ਕੀ ਪੁੱਛ ਕੇ ਆਉਣਾ ਸੀ? ਮੈਂ ਹਕੀਮ ਸਾਹਿਬ ਕੋ ਚੱਲਾਂ. ਆਦਾਬ ਹੁੰਦੇ ਆ, ਇਹ ਬਹਿਣ ਦੇ ਤਰੀਕੇ ਹੁੰਦੇ. ਬਾਬਾ ਜੀ ਮੈਂ ਹਕੀਮ ਕੋਲ ਆਇਆ, ਮੈਂ ਬਸ ਚੱਕਰ ਮਾਰਨਾ ਆ. ਹੁਣ ਘਰ ਦੱਸ ਗਿਆ, ਇਹਦੇ ਵਿੱਚ ਮਰਜ਼ਾਂ ਜਿਹੜੀਆਂ ਇਹ ਕਾਫੀ ਸਾਰੀਆਂ ਇਕੱਠੀਆਂ ਹੋਈਆਂ. ਠੀਕ ਆ, ਨਾ ਬਚੈਕ ਕਰਾ ਦੂਏ ਹੱਥ ਦੀ ਹੁਣ ਹੈ ਜੀ. ਹੁਣ ਕਰਾ ਆ ਬਟਨ ਬੰਦ ਕਰ. ਬਤਮੀਜ਼ ਇਨਸਾਨ, ਬਜ਼ੁਰਗਾਂ ਸਾਹਮਣੇ ਬਟਨ ਖੋਲ ਕੇ ਨਹੀਂ ਬੈਠਦਾ. ਤੁਹਾਨੂੰ ਲੋਕਾਂ ਨੂੰ ਅਗਰ ਪਤਾ ਨਹੀਂ ਕੀ ਹੋ ਰਿਹਾ. ਪਿਛਲੇ ਹਫਤੇ ਡਾਕਟਰ ਕੋ ਗਿਆ ਸੀ, ਉਹ ਮੈਨੂੰ ਇਹ ਕਰੀ ਉਹ ਪਤਾ ਨਹੀਂ ਕੀ ਖਾਨ ਸਾਹਿਬ ਡਾਕਟਰ ਹੋਣਾ ਸੀ.
चलो जी तुसी दवाई दो जो भी है जी ठीक है जी आ गया हुण तुहाडे कोल बेटा दवाई पैसिआं नाल आउणी आ इह इंज करिआ नहीं होणी अल्लाह वास्ते दवाई दी हुंदी हकीमां दी दवाई तां नहीं हुंदी आदमी आ पैसे ना सही भर देंगे जरा घट यार तेरा नुक्सा बनना वा 5000 रुपए दा ठीक आ हुण नुक्से दे विच शामिल चीजां सुन ला हां जी ठीक आ 1.5 किलो लैणा देसी घिओ हां जी एक बांगी कुकड़ काले रंग दा वजन 1.5 से 2 किलो हां जी हां जी ठीक आ अच्छा 1/2 किलो देसी किकर दियां फलियां ठीक ते 1 किलो बकरे दा कीमा हथ ना कुटिया होवे सोना जिहा विच कोई ना गदूद ना होवे ये 5-6 चीजां लिया के हकीम साहब दे दिंदी अल्लाह दे हुक्म नाल मैं ओह भुन के जनाब मुर्गा भी ते कीमा भी ते फलियां भी ठीक है ये मैं खावांगा खा के मेरा जहन तेज होएगा मैं फिर अगले हफ्ते तेनू नुकसा दसांगा कि भाई तेनू आ मरदा तेनू आ नुकसा लगदा बाबा जी मरीज नवा लै आना नुक्सा कामयाब ना हो मैं जिम्मेदार मैं मां एक नुक्सा दिता से दो कुड़िया तीजी की सू लोड़ ही नहीं पी ऐसा कुश्ता मारिया मैं कुश्ता दौड़न लग पा मैं जुतिया ना मारे ठीक है ਉਹ ਭਾਈ ਗੱਲ ਤੇ ਸੁਣ ਠੀਕ ਹੈ ਜੀ ਠੀਕ ਹੈ ਮੈਂ ਬਸ ਠੀਕ ਆ ਜੀ ਮੈਂ ਦਵਾਈ ਨਹੀਂ ਲੈਣੀ ਉਹ ਯਾਰ ਗੱਲ ਤੇ ਬਾਬਾ ਜੀ ਠੀਕ ਹੋ ਗਿਆ ਉਹ ਹਕੀਮਾਂ ਜੇ ਤੁਹਾਡੀ ਆਪਣੀ ਬੀਵੀ ਤੁਹਾਡੀ ਦਵਾਈ ਨਾਲ ਮਰ ਗਈ ਹੈ ਮੈਂ ਕਦੋਂ ਬਚਣਾ ਹੈ ਅੱਲਾ ਦੇ ਹੁਕਮ ਨਾਲ ਨਹੀਂ ਬਚਣਾ ਮੈਂ ਤਾਂ ਪਹਿਲੇ ਤੇ ਫਿਰ ਮੈਨੂੰ ਮਾਫੀ ਦਿਓ ਮੈਂ ਕੋਈ ਹੋਰ ਕਿਤੇ ਅੱਛਾ ਨੁਕਸਾ ਜਿਹੜਾ ਵਾ ਉਹ ਦਾ ਥੋੜਾ ਘੱਟ ਵੀ ਹੋ ਸਕਦਾ ਵਾ ਹਾਂ ਜੀ ਕਿੰਨੇ ਕੁ ਘੱਟ ਹੋ ਸਕਦਾ ਤੁਸੀਂ ਐਂ ਕਰੋ ਨਾ ਹਾਂ ਜੀ ਆ ਜਾਓ ਹਾਂ ਜੀ ਕਿਉਂਕਿ ਮੈਂ ਤੇ ਆਪ 3 ਦਿਨ ਤੋਂ ਭੁੱਖਾ ਮੈਂ ਰੋਟੀ ਨਹੀਂ ਖਾਧੀ ਕਸਮ ਨਾਲ ਜਦੋਂ ਕਿਤੇ ਵਿਆਹ ਹੁੰਦਾ ਅਸੀਂ ਵੀ ਉੱਥੋਂ ਹੀ ਖਾਂਦੇ ਆ ਉਹ ਤੁਸੀਂ ਖਾਨ ਸਾਹਿਬ ਲੋਗ ਆਹੋ ਜੀ ਕਦੀ ਕਿਤੇ ਉਹ ਜੱਫੀ ਬਾਤ ਉਹ ਸਹੀ ਜਗ੍ਹਾ ਤੇ ਆ ਗਿਆ ਕੀ ਹੋਇਆ ਜੀ ਉਹ ਬਾਈ ਯਾਰ ਅਸੀਂ ਵੀ ਮਾਲਾ ਖੁਸ਼ ਰੱਖੀ ਮੈਨੂੰ ਯਾਰ ਕਰੀ ਹੋਵੇ ਵਾਜੇ ਵਾਲੀ ਦੁਕਾਨ ਤੇ ਓਏ ਅਸੀਂ ਵੀ ਕਿਸੇ ਦੇ ਮੈਂ ਵਾਜੇ ਵੇਚ ਕੇ ਮੈਂ ਹਕੀਮੀ ਪੂਰਾ ਜੋ ਕਰਦਾ ਅਸੀਂ ਵੀ ਗੰਜਾ ਬਰਾਤਾ ਤੋਂ ਖਾਣਾ ਜੀ ਮਾਲਾ ਕਰ ਰੱਖੇ ਨੇ ਉਹ ਪੀਰਾ ਦੀ ਤਰ੍ਹਾਂ ਮੁੰਡਾ ਆਹੋ ਜੀ ਉਹ ਭਤੀਜ ਯਾਰ ਕਿਆ ਬਾਤ ਐ ਕਰੋਨਾ ਨੇ ਨਾ ਇਹ ਤੁਸੀਂ ਕਦੋਂ ਦੇ ਧੀ ਮੜਿਓ ਜੀ ਮੈਨੂੰ ਤੇ ਹੁਣ ਮੈਂ ਉਹ ਐਨਕ ਲਾ ਕੇ ਗੱਲ ਕਰਨਾ ਐ ਤਾਂ ਜਿਹੜੇ ਮੈਨੂੰ ਅੱਛਾ ਅੱਛਾ ਮੈਂ ਐ ਕਰੋਨਾ ਜਦੋਂ ਦਾ ਸ਼ੁਰੂ ਹੋਇਆ ਬਾਜਾਂ ਦਾ ਕੰਮ ਬੰਦ ਹੋ ਗਿਆ ਵਿਆਹ ਸ਼ਾਦੀਆਂ ਮਰੇ ਐ ਕੈਸਾ ਸਾਡੇ ਮੁਲਕ ਦੇ ਹਾਲਾਤ ਹੋ ਗਏ ਵਿਆਹ ਸ਼ਾਦੀਆਂ ਵੈਸੇ ਹੀ ਬੰਦ ਹੋ ਗਈਆਂ ਹਾਂਜੀ 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 ਸਾਡੇ ਵੇਚ ਕੇ ਮੈਂ ਤੇ ਆਟਾ ਲੈ ਆਇਆ ਤੇ ਇਹ ਫਿਰ ਉਹ ਸੋਚ ਕੇ ਤੁਸੀਂ ਵੀ ਚੱਲ ਹਕੀਮਾਂ ਤੇ ਡਾਕਟਰਾਂ ਨੂੰ ਇਜਾਜ਼ਤ ਆ ਯਾਰ ਹਕੀਮਾਂ ਨੂੰ ਕੱਖ ਵੀ ਨਹੀਂ ਪਤਾ ਡਾਕਟਰਾਂ ਨੂੰ ਵੀ ਕੱਖ ਨਹੀਂ ਪਤਾ ਅੱਛਾ ਠੀਕ ਸਾਰੇ ਛੇਲਾ ਲਾਉਂਦੇ ਮੈਂ ਕਿਹਾ ਮੈਂ ਵੀ ਬਹਿ ਜਾ ਤੇ ਤੁਸੀਂ ਛੇਲੇ ਲਾਉਣ ਲਈ ਆਏ ਛੇਲੇ ਲਾਉਣ ਦੇ ਚੱਕਰਾਂ ਸੀ ਮੈਂ ਤੁਹਾਨੂੰ ਇਹ ਨਹੀਂ ਪਤਾ ਵੀ ਮੌਲਾ ਗੁਜ਼ਰ ਕੇ ਟੱਕਰ ਜਾਣੇ ਨੇ ਹੁੰਦਾ ਹੀ ਤੂੰ ਤੇ ਆਪਣਾ ਨਹੀਂ ਬਸ ਠੀਕ ਹੈ ਜੀ ਬਸ ਬਚੀ ਹਕੀਮਾਂ ਕੋਲੋਂ ਤੇ ਡਾਕਟਰਾਂ ਕੋਲੋਂ ਬਚੀ ਪਾਗਲ ਕਰਾਂ ਜੀ ਫਿਰ ਠੀਕ ਹੈ ਕਰੋਨਾ ਨਾ ਭਾਵੇਂ ਮਰ ਜਾਈ ਪਰ ਇਹਨਾਂ ਕੋਲ ਬਚੀ ਮੌਲਾ ਗੁਜ਼ਰ ਕੇ ਜੀ